ਹਾਂਜੀ ਥੜਾ ਸਿਆਸਤ ਦੇ ਨਾਲ ਮੈਂ ਅੱਜ ਥੜਾ ਲੈ ਕੇ ਨਾ ਟ੍ਰੇਲ 5 ਤੇ ਆ ਗਿਆ ਅੱਗੇ ਅਸੀਂ ਦਫਤਰ 'ਚ ਰੋਲਰ ਰੋਡਸ ਪਾਉਂਦੇ ਸਾਂ ਪਰ ਮੈਂ ਕਿਹਾ ਥੜੇ ਦਾ ਦਫਤਰ 'ਚ ਕੀ ਕੰਮ ਆ ਯਾਰ ਤੇ ਅੱਜ ਅਸੀਂ ਆਇਆ ਆਪਣੇ ਯਾਰਾਂ ਕੋਲੂ ਬੇਲੀਆਂ ਕੋਲ ਪੁੱਛਣ ਵੀ ਕੱਲ ਪਹਿਲਾ ਰੋਜ਼ਾ ਖੋਲਿਆ ਤੁਸੀਂ ਤੇ ਕਿਸਾਂ ਖੋਲਿਆ ਤੇ ਆਪਣਾ ਨਾਮ ਵੀ ਦੱਸੋ ਤੇਰਾ ਮੇਰਾ ਨਾਮ ਸਾਜੇਦ ਹੈ ਜੀ ਹੂੰ ਤੇ ਐਟ੍ਰੈਕ 5 ਤੇ ਤੁਸੀਂ ਬੈਠੇ ਹੋ ਹੂੰ ਤੇ ਥੜੇ ਤਾਂ ਹੁਣ ਗਰੀਬ ਆਦਮੀ ਬਹਿਣਾ ਅਮੀਰਾਂ ਨਹੀਂ ਤੇ ਜਗ੍ਹਾ ਹੀ ਨਹੀਂ ਥੜੇ ਨਹੀਂ ਉਹ ਤੇ ਏਸੀਆਂ ਚ ਬੈਠੇ ਸਰਕਾਰੀ ਰੋਜ਼ੇ ਖੋਲਨੇ ਸਰਕਾਰੀ ਲੰਗਰ ਚੱਲਨੇ ਗਰੀਬ ਜਿਸ ਤਰ੍ਹਾਂ ਰੋਜ਼ਾ ਖੋਲਣਾ ਐਸਾ ਦੱਸ ਸਕਣੀ ਅੱਛਾ ਕੱਲ ਫਿਰ ਕਿਸ ਨਾਲ ਖੋਲਿਆ ਤੁਸੀਂ ਰੋਜ਼ਾ ਸ਼ੋਰੇ ਵਾਲੀ ਧਾਰ ਹਾਂ ਤੇ ਪਾਣੀ ਨਾਲ ਅੱਲਾ ਤੇ ਰੋਟੀ ਉਹ ਜਿਹੜੇ ਲੈਣੇ ਚਾਟੇ ਲੈਣੇ ਆ ਉਹ ਆਕੜ ਕਿਸ ਤਰ੍ਹਾਂ ਹੋਣੀ ਜਿਸ ਤਰ੍ਹਾਂ ਬੱਟਾ ਹੋਣਾ ਓਏ ਪਾਣੀਆਂ ਵਿੱਚ ਪਹਿਲਾਂ ਡੋਬਣਾ ਪੈਣਾ ਫਿਰ ਸ਼ੋਰੇ ਵਾਲੀ ਧਾਰ ਵਿੱਚ ਡੋਬਣਾ ਪੈਣਾ ਉਹ ਆਦੇ ਮੁਖ ਦੇਣੇ ਆ ਪੇ ਕੋਈ ਮੁਫਤ ਨਹੀਂ ਦੇਣੇ ਜੀ ਪਾਕਿਸਤਾਨ ਵਿੱਚ ਤੱਕੋ ਕਿੰਨੇ ਬੰਦੇ ਕੱਲ ਪਰਸੋ ਤਰਿਆ ਚਾਰ ਦਿਨਾਂ ਚ ਜਿੱਥੇ ਮੁਫਤ ਦੇਣੇ ਰੋਜ਼ ਤੋਂ ਕੋਈ ਨਾ ਕੋਈ ਲਾਸ਼ਾਂ ਲਬਣੀਆਂ ਪਈਆਂ ਕੋਈ ਪੈਰਾਥਲਾ ਮਰਨਾ ਪਿਆ ਤਾਂ ਉਸਾ ਉਸਾ ਟੀਨਲ ਤੋਂ ਮੰਗ ਕੇ ਹੀ ਜੇ ਲੈਣਾ ਤੇ ਫਿਰ ਉਹ ਗਵਰਨਮੈਂਟ ਨੇ ਅੱਗੇ ਲੈਣਾ ਲਾ ਕੇ ਮੰਗੀਏ ਉਹ ਗਵਰਨਮੈਂਟ ਵੀ ਤਾਂ ਮੰਗਦੀ ਨੇ ਤੇ ਤੁਸੀਂ ਵੀ ਮੰਗ ਲਓ ਮੰਗਤੀ ਤਾਂ ਹਾਂ ਸੀ ਉਹ ਮੰਗਣਿਆ ਮੌਤ ਆ ਜਾਣੀ ਨਾ ਉਹਨਾਂ ਦਾ ਮੰਗਣਿਆ ਉਹਨਾਂ ਕੋਲੋਂ ਮੌਤ ਆ ਜਾਣੀ ਉਸ ਤੋਂ ਬਿਹਤਰ ਹੈ ਘਰਾਂ ਤੋਂ ਮੰਗ ਲਈਏ ਹਾਏ ਹਾਏ ਅੱਛਾ ਹੁਣ ਕੋਲਾ ਲੈ ਕੇ ਤੇ ਅਸੀਂ ਬੂਆ ਬੂਆ ਫਰੀਏ ਤੁਹਾਡਾ ਇਹ ਮਤਲਬ ਬਿਲਕੁਲ ਆਮਨ ਹਾਲੇ ਹੋਈ ਗਿਆ ਮਹਿੰਗ ਰੂਜ ਤਾਇਆ ਆਏ ਹਾਏ ਹਾਏ ਤੁਸੀਂ ਫਰੂਟ ਨੇ ਰੇਟ ਪਤਾ ਕਰੋ ਕੇਲਾ 500 ਤੋਂ ਆਹੋ ਯਾਰ ਫਰੂਟ ਕੱਲ ਕਿਸ ਨੇ ਲਿਆ ਤੁਸੀਂ ਫਿਰ ਕਿਨੂੰ ਕਿਸ ਨੇ ਮਾਲਟਾ 450 ਕੇਲੀਆਂ ਕੇਲੀਆਂ 550 ਅਸਾਂ ਲੈ ਹੀ ਨਹੀਂ ਲੈ ਹੀ ਨਹੀਂ ਸਕਣੀ ਗਰੀਬ ਹਾਂ ਵਾਂ ਕਿੱਥੋਂ ਲਾਵਾਂ ਕੇਲਾ ਤੱਕ ਸਕਣੇ ਆ ਅੱਛਾ ਪੁੱਛ ਕੇ ਪਰ ਆਏ ਹੋ ਗਏ ਹੋ ਪੁੱਛ ਕੇ ਤਾਂ ਫਿਰ ਘਰ ਆ ਗਏ ਹਾਏ ਹਾਏ ਘਰ ਆਏ ਆ ਉਹ ਦਾਲ ਛੋਲਿਆਂ ਦੀ ਛੋਰੇ ਵਾਲੀ ਤੇ ਪਾਣੀ ਤੇ ਗੁੱਥੀਆਂ ਨਾਲ ਲੈਣ ਆ ਲਾਟਾ ਅੱਛਾ ਰਾਤੀ ਮੈਂ ਜਾਂਦਾ ਸੰਭਿਆ ਨਾ ਦਿਹਾੜੀ ਲਾ ਕੇ ਘਰ ਵਾਪਸ ਤੇ 11:30 ਵਜੇ ਨਾ ਉਹ ਲੈਂਦੇ ਸਣ ਪੇ ਦੁਆਣੇ ਜੀ ਜੀ ਤਰਬੂਜ਼ ਉਹ ਮੈਂ ਹੋ ਕਿਥੋਂ ਆਂਦੇ ਜੇ ਆਦੇ ਜੀ ਇਹ ਸਿੰਧ ਚੋਂ ਲਿਆਂਦਾ ਤੇ ਮੈਂ ਇਹ ਰੇਟ ਕੇ ਕੱਢਿਆ ਜੇ ਆਦੇ ਰੇਟ 150 ਰੁਪਿਆ ਕਿਲੋ ਤੋਂ ਇਹ ਐਡੀ ਸਾਰੀ ਦੁਹਾਣੀ ਮੈਂ ਲਈਏ ਤੇ ਉਹ 500 ਰੁਪਏ ਦੀ ਹੋ ਗਈ ਹੈ ਤੇ ਉਹ ਮੇਰੇ ਕੋਲ ਜਿਹੜੇ ਆਖਰੀ 500 ਰੁਪਿਆ ਸੀ ਨਾ ਉਹ ਮੈਂ ਉਹਨਾਂ ਨੂੰ ਦੇ ਦਿੱਤਾ ਬਸ ਇਹ ਤੁਸਾ ਬਤਵਾਣਾ ਸ਼ਵਾਨਾ ਲਿਆ ਨਹੀਂ ਅਸਾ ਤੱਕ ਸਕਨੇ ਆ ਗਰੀਬ ਆਵਾਮ ਪਾਕਿਸਤਾਨੀ कोरोना ਨੇ حساب ਜਿਹੜੀ ਹੈ ਉਹ ਤੱਕ ਸਕਣੀ ਹੈ ਲੈ ਨਹੀਂ ਸਕਣੀ ਆਏ ਹਾਏ ਲੈ ਨਹੀਂ ਸਕਣੀ ਅੱਛਾ ਤੇ ਫੇਰ ਇਹ ਜਰਾ ਇਹਨੂੰ ਪੁੱਛੇਗਾ ਕੌਣ ਵੈਸੇ ਕਦੇ ਕਦੇ ਸੋਚਦੇ ਆਓ ਤੁਸੀਂ ਕੌਣ ਪੁੱਛੇਗਾ ਅਸਲੀ ਇੰਤਜ਼ਾਮੀਆਂ ਹੁੰਦੀ ਹੈ ਪ੍ਰਾਈਸ ਕੰਟਰੋਲ ਕਮੇਟੀਆਂ ਹੁੰਦੀਆਂ ਨੇ ਉਹ ਕੋਈ ਤੇ ਪੁੱਛਿਆ ਯਾਰ ਇਹ ਕੀ ਕਰਦੇ ਨਹੀਂ ਕੋਈ ਗਵਰਨਮੈਂਟ ਨਾ ਕਿਸੇ ਪ੍ਰਾਈਸ ਕੋ ਕਮੇਟੀ ਦਾ ਕੰਟਰੋਲ ਨਹੀਂ ਕੋਈ ਕੁਝ ਨਹੀਂ ਅਸਾਂ ਗੈਰ ਸਿਆਸੀ ਹੋ ਕੇ ਗੱਲ ਕਰੀਏ ਨਾ ਸਾਰੀਆਂ ਜਮਾਤਾਂ ਤੱਕੀਆਂ ਆਹਾ ਪੀਪਲ ਪਾਰਟੀ ਆਖੜੇ ਸੇ ਗਰੀਬ ਨਹੀਂ ਜਮਾਤ ਹੈ ਕੱਖ ਵੀ ਨਹੀਂ ਅੱਲਾਹ ਇਮਰਾਨ ਆਇਆ ਨਵਾਂ ਪਾਕਿਸਤਾਨ ਬਣਾਣਾ ਉਹ ਆਵਾਮ ਕੀ ਨਵੀਂ ਗੁਰਬਤ ਪੈਦਾ ਕਰਕੇ ਚੱਲਾ ਗਿਆ ਸਾਡੀ ਖੈਰ ਹੋ ਜਾਏ ਇਹ ਆਏ ਨਾ ਇੱਕ ਭਰਾ ਆ ਗਿਆ ਆਹਾਹਾ ਦਵਾ ਆਇਆ ਆਹਾਹਾ ਕੱਖ ਵੀ ਨਹੀਂ ਹੋਇਆ ਆਵਾਮ ਦਾ ਵੈਸੇ ਰਲ ਕੇ ਕਰਦੇ ਨੇ ਪੇ ਦਾ ਲਾਇਆ ਨੇ ਇਹ ਸਾਰੀ ਪੋਲੀਟੀਕਲ ਅਲੀਟ ਜਿਹਨੂੰ ਕਹਿੰਦੇ ਨੇ ਇਹ ਸਾਰੇ ਕੋ ਕੋ ਜਨ ਵਿੱਚੋਂ ਬਿਲਕੁਲ ਇੱਕ ਭਰਾ ਪੀਪਲ ਪਾਰਟੀ ਚੋਂ ਸੀ ਆਹਾ ਇਹ ਮਸ਼ਹੂਰ ਹਸਤੀਆਂ ਤਾਂ ਕੋ ਨਾ ਜਿਨ੍ਹਾਂ ਇੰਡੀਆ ਬੜੇ ਨਵਾਜ਼ਨਾ ਆ ਇੱਕ ਭਰਾ ਪੀਟੀਆਈ ਚੋਂ ਸੀ ਦੂਸਰਾ ਪੀਟੀਆਈ ਚੋ ਸੀ ਅੱਲਾ ਜ਼ੁਬੈਰ ਤੇ ਅਸਦ ਤੇ ਜਨਰਲ ਉਮਰ ਜਰ ਰਾਣੀ ਵਾਲਾ ਜਨਰਲ ਉਮਰ ਆਹ ਠੀਕ ਹੈ ਰਾਣੀ ਵਾਲਾ ਜਨਰਲ ਉਮਰ ਉਹ ਕੱਲ ਸੁਣਿਆ ਉਹਨੂੰ ਵਾਰਡ ਲਬਿਆ ਜਿਉ ਉਹ ਜਿਹੜਾ ਅਰੂਸਾ ਆਲਮ ਦਾ ਪੁੱਤਰ ਹੈ ਉਹਨੂੰ ਅਵਾਰਡ ਤਾਂ ਇਹਨਾਂ ਦਿੱਤੇ ਹੀ ਉਹਨਾਂ ਕੀ ਹੈ ਕਿ ਜਿਹੜਾ ਵਾਹ ਜਿੰਨਾਂ ਦੀ ਖਿਦਮਤ ਜ਼ਿਆਦਾ ਰਗੜਾ ਹੈ ਓਹੋ ਉਹਨਾਂ ਪੁੱਛਿਆ ਬੜੀ ਖਿਦਮਤ ਸੀ ਇਹਨਾਂ ਦੀ ਮੈਂ ਕਿਹੜੀ ਖਿਦਮਤ ਸੀ ਜਰਾ ਮੈਂ ਵੀ ਮਛਲਾ ਬਣ ਜਾਣਾ ਨਾ ਤੁਹਾਨੂੰ ਪਤਾ ਹੈ ਬਾਬਾ ਮੈਂ ਮੈਂ ਕਿਹੜੀ ਅਜੇ ਤੁਹਾਨੂੰ ਨਹੀਂ ਪਤਾ ਇਹ ਦੋ ਤਰਾ ਜੇ ਨਾ ਜਰਨਲ ਰਾਣੀ ਦਾ ਜਰਨਲ ਰਾਣੀ ਦਾ ਜਰਨਲ ਆਵਾਮੀ ਓਹ ਜਰਨਲ ਕੌਮੀ ਓਹ ਹੋ 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 ਤੇ ਇਹ ਹੀ ਅਸਾਜ ਪੁੱਤ ਕਨੇ ਆ ਪੇ ਜਦੋਂ ਅਸਾਂ ਆਵਾਮ ਸਾਡੀ ਇੱਕ ਪਿਛੇ ਨਾਰੇ ਮਾਰਨੀ ਉਥੋਂ ਭੁਖ ਲੈ ਕੇ ਆ ਜਾਣੀ ਦੂਹੇ ਪਿਛੇ ਮਾਰਨੀ ਉਹ ਆਪਣਾ ਕੰਮ ਸਿੱਧਾ ਕਰਨੇ ਐਕਸ ਵਾਈ ਜ਼ेड ਸਾਰੀਆਂ ਪਾਰਟੀਆਂ ਗਰੀਬ ਨਹੀਂ ਕੋਈ ਪਾਰਟੀ ਹੈ ਪਾਕਿਸਤਾਨ ਵਿੱਚ ਦੱਸੋ ਅੱਛਾ ਉਸ ਫੈਸਲਾ ਆਇਆ ਜੇ ਉਸਨੇ ਕੱਲ ਪਰਸੂਈ ਕੋਰ ਉਹ ਜਿਹੜਾ ਤੁਹਾਡਾ ਚੀਫ ਇਲੈਕਸ਼ਨ ਕਮਿਸ਼ਨਰ ਹੈ ਉਹ ਆਦਾ ਜੇ 1 ਅਕਤੂਬਰ ਨੂੰ ਕਰਾਵਾਂਗਾ ਤੇ ਇਹ ਕਿ ਨਵਾਂ ਕੜਮਾਸਾ ਜੀ ਇਹ ਨਵਾਂ ਕੜਮਾਸਾ ਹੈ ਕਿ ਜਿਹੜੇ ਅੰਨੇ ਵਾਲੇ ਹਮ ਹਲਾ ਉਹ ਆ ਭੇਜਣੇ ਵਾਲੇ ਹਮ ਹਮ ਅੱਜ ਉਸਕੇ ਸਾਥ ਕੱਲ ਇਸਕੇ ਸਾਥ ਅਜੇ ਉਹ ਫੈਸਲਾ ਨਹੀਂ ਹੋ ਰਿਹਾ ਉਹ ਪੱਕੇ ਕਿਸ ਕੇ ਸਾਥ ਹੈ ਜੇ ਕੋਈ ਕਲੀਅਰ ਨਹੀਂ ਉਹ ਆਦਾ ਜੀ ਮੈਂ ਸੁਪਰੀਮ ਕੋਰਟ ਜਾਵਾਂਗਾ ਉਹ ਆਦਿਨ ਜੀ ਪਾਰਲੀਮੈਂਟ ਦਾ ਮਸ਼ਤਰਕਾ ਜਲਾਸ ਬੁਲਾ ਲਿਆ ਉਹ ਆਦਾ ਜੀ ਨਹੀਂ ਜੀ ਇੰਜ ਜੀ ਬਾਬਾ ਰਹਿਮਤ ਬਾਬਾ ਰਹਿਮਤ ਤਾਂ ਟਰ ਗਿਆ ਨਾ ਸੁਪਰੀਮ ਕੋਰਟ ਜਾ ਕੇ ਕਿਆ ਕਰੇਗਾ ਹਾਏ ਹਾਏ ਬਾਬੇ ਰਹਿਮਤੇ ਨੇ ਥੱਲੇ ਸ਼ਾਗਿਰਦ ਕਾਫੀ ਹੈ ਨਹੀਂ ਬਦਿਆ ਲਗਾ ਹੈ ਕਾਫੀ ਸ਼ਾਗਿਰਦ ਹੈ ਉਹ ਹੋ 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 ਪੰਜਾਬ ਵਿੱਚ ਵੀ ਹਨ ਸਿੰਧ ਵਿੱਚ ਵੀ ਹਨ ਬਲੋਚਿਸਤਾਨ ਵਿੱਚ ਵੀ ਹਨ ਤੇ ਇਹ ਕਹਿਣਾ ਕਿ ਚਾਹਦੇ ਹੋ ਤੁਸੀਂ ਵੀ ਜੱਜ ਜਰਨਲਿਸਟ ਸਾਰੇ ਕੋ ਕੋ ਕੁਝ ਇਸ ਨਾਲ ਇੱਕ ਲਫ਼ਜ਼ ਇਤੇ ਜਵਾਬ ਹੈ ਸਰ ਕਿ ਪਹਿਲਾਂ ਲੋਕ ਵਕੀਲ ਕਰਨੇ ਸਨ ਆਏ ਹਾਏ ਅਸਾਂ ਇਹਨਾਂ ਨੇ ਕੰਮ ਤੱਕ ਹੀ ਤੇ ਸੁਣਿਆ ਅੱਜਕੱਲ ਜੱਜ ਕਰਨੇ ਠਾਡੀ ਖੈਰ ਹੋ ਜਾ ਜੱਜ ਕਰ ਲਿਆ ਜੇ ਜੱਜ ਕਰ ਲੇ ਉਹ ਇਹਨਾਂ ਸਾਰਿਆਂ ਜੱਜ ਵੀ ਆਪਣੇ ਆਏ ਹਾਏ ਪ੍ਰਾਈਸ ਕੰਟਰੋਲਾਂ ਵੀ ਆਪਣੀਆਂ ਹਾਂ ਮਹਿੰਗਾਈਆਂ ਵੀ ਆਪਣੀਆਂ ਆਵਾਮ ਕੀ ਇੱਕ ਪਾਸੋਂ ਨਾ ਲਗਾ ਦੂਏ ਪਾਸੋਂ ਦੂਏ ਪਾਸੋਂ ਹਾਂ ਭਾਈ ਅਸਾਂ ਕਰ ਲਿਆ ਜੇ ਜੱਜ ਓਣ ਵੇਖ ਲੈਣੇ ਆ ਅੱਲਾ ਬੇਲੀ ਹਾਂਜੀ ਥੜਾ ਸਿਆਸਤ ਦਾ ਦੂਜਾ ਹਿੱਸਾ ਇੱਕ ਤਾਂ ਅਸਾਂ ਰੋਜ਼ਾ ਖੋਲ ਲਿਆ ਥੋੜੀ ਦੇਰ ਪਹਿਲਾਂ ਕਿ ਕਿਸਾਂ ਰੋਜ਼ਾ ਤੇ ਕੀ ਰੋਲਾ ਹੈ ਉਹਨੇ ਦੱਸਿਆ ਬੰਦੇ ਨੇ ਵੇ ਪਾਣੀ ਤੇ ਦਾਲ ਤੇ ਬਸ ਐਵੇਂ ਹੀ ਦਾਦਪਾ ਤੇ ਲੱਕੜ ਦੀ ਰੋਟੀ ਖਾ ਕੇ ਤੇ ਅਸੀਂ ਕੰਮ ਆਪਣਾ ਚਲਾ ਲਿਆ ਅੱਜ ਮੇਰੇ ਨਾਲ ਥੜਾ ਸਿਆਸਤ ਵਿੱਚ اسلامਾਬਾਦ ਦਾ ਬਹੁਤ ਬਾਖਬਰ ਸਾਹੀ ਮਦਸਰ ਇਕਬਾਲ ਚੌਧਰੀ ਮੇਰੇ ਨਾਲ ਮੌਜੂਦ ਹੈ ਤੇ ਅੱਜ ਅਸਾਂ ਗੱਲਾਂ ਇਹਦੇ ਨਾਲ ਕਰਨੀਆਂ ਨੇ ਇਹ ਜਿਹੜਾ ਇਲੈਕਸ਼ਨ ਲੁਕਸ਼ਨ ਹੁੰਦਾ ਪਿਆ ਮੁਸ਼ਤਰੀਕਾ ਜਲਾ ਹਸ ਤੇ ਫਲਾਣਾ ਜਲਾਸ ਤੇ ਇਹ ਜਲਾਸ ਤੇ ਇਲੈਕਸ਼ਨ ਕਮਿਸ਼ਨ ਤੇ ਇਹ ਜਿਹੜੇ ਸਾਰੇ ਆਜਨੀ ਅਹੁਦੇ ਹੁੰਦੇ ਨੇ ਕਿਹਾ ਇਹ ਸਿਆਸਤਦਾਨਾਂ ਦੇ ਜਿਹਨੂੰ ਕਹਿੰਦੇ ਨੇ ਬਗਲ ਬੱਚੇ ਬਣ ਜਾਂਦੇ ਨੇ ਇਸ ਦੀ ਵੀ ਗੱਲ ਕਰਾਂਗੇ ਤੇ ਤੁਸੀਂ ਵੈਸੇ ਫਸੇ ਕਿੱਥੇ ਸੋ ਕਿਧਰ ਗਏ ਸੋ ਜੀ ਅ ਬਾਬਾ ਜੀ ਤੁਹਾਨੂੰ ਪਤਾ ਹੈ ਤੁਸੀਂ ਚੁੱਕੇ ਖੁਦ ਸਾਡੇ ਸੀਨੀਅਰ ਸਾਹੀ ਵੀ ਹੋ ਕੋਰਟ 'ਚ ਸਾਡੀ ਇੱਕ ਸਟੇ ਚੱਲ ਰਿਹਾ ਇਲੈਕਸ਼ਨ ਦੇ ਵਾਲੇ ਨਾਲ ਪ੍ਰੈਸ ਕਲੱਬ ਦਾ ਇਲੈਕਸ਼ਨ ਤੇ ਉੱਥੇ ਮੈਂ ਸਵੇਰ ਦਾ ਫਸਿਆ ਤਾਂ ਹੀ ਲੇਟ ਹੋ ਗਿਆ ਉਹਦੀ ਮਾਫਰਤ ਵੀ ਤੇ ਬਸ ਉੱਥੇ ਹੀ ਨਹੀਂ ਉੱਥੇ ਹੋਇਆ ਕਿ بس ਉਹ ਪਿਛਲੀ ਗੱਲ ਕਿਉਂ ਨਹੀਂ ਦੱਸਦਾ ਯਾਰ ਪਿਛਲੀ ਗੱਲ ਹੈ ਵੀ ਕਿ ਮੁਖਾਲਫ ਫਰੀਕ ਜਿਹੜਾ ਹੈ ਜਿਹੜਾ ਕਿ ਚਾਹੁੰਦਾ ਹੈ ਕਿ ਨਵੇਂ ਬੰਦੇ ਕਲੱਬ ਵਿੱਚ ਨਾ ਐਂਟਰ ਹੋਣ ਜਿਹੜੇ ਨਵੇਂ ਸਾਫੀ ਨੇ ਜਿਹੜੇ 10-10 ਸਾਲ ਤੋਂ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਮੈਂਬਰਸ਼ਿਪ ਨਹੀਂ ਦੇਣਾ ਚਾਹੁੰਦੇ ਚਾਹੁੰਦੇ ਨੇ ਕਿ ਪੁਰਾਣੇ ਲੋਕ ਹੀ ਅੱਜ ਜਿਵੇਂ ਤੁਹਾਨੂੰ ਮੈਂ ਕਹਾਂ ਤੁਹਾਡੇ ਵਰਗੇ ਬਾਬੇ ਹੀ ਉੱਥੇ ਬੈਠ ਰਹੇ ਨੇ ਤੇ ਜਵਾਨਾਂ ਨੂੰ ਮੌਕਾ ਨਾ ਦੇਣ ਉਹ ਨਾਲ ਨਹੀਂ ਸਟੇਲੇ ਕਿ ਅਸੀਂ ਨਵੇਂ ਬੰਦੇ ਨਹੀਂ ਕਰਨੇ ਤੇ ਉਸ ਚੱਕਰ ਇਸਟੇ ਵੀ ਅਜ ਦੂਜੀ ਤਰੀਕ ਸੀ ਤੇ ਅੱਜ ਚੁਕੇ ਤੋਂ ਮਾਮਲਾ ਕਲੀਅਰ ਹੋ ਜਾਣਾ ਸੀ ਕੋਰਟ 'ਚ ਪੇਸ਼ ਹੀ ਨਹੀਂ ਹੋ ਰਿਹਾ ਇਧਰੋਂ ਜਿਹੜੇ ਨਜਵਾਨ ਬੰਦੇ ਨੇ ਜਿਨ੍ਹਾਂ ਦਾ ਹੱਕ ਹੈ ਉਹ ਕੋ 250 ਬੰਦਾ 300 ਬੰਦਾ ਰੋ ਪੇਸ਼ ਹੋ ਜਾਂਦਾ ਉਹ ਆਉਂਦੇ ਕੋ ਨਹੀਂ ਤੇ ਹੁਣ ਉਹ ਨੈਸ਼ਨ ਜੱਜ ਅੱਗੇ ਦਰਖਾਸਤ ਦਿੱਤੀ ਹੈ ਕਿ ਜਿਹੜੀ ਮੇਰੇ ਹਲ ਦੇ ਮੁਤਾਬਕ ਕਿਉਂਕਿ ਮੈਂ ਇਧਰ ਆਉਣਾ ਸੀ ਕਿ ਸਾਨੂੰ ਹੁਣ ਖਤਰਾ ਹੈ ਤੇ ਸਾਨੂੰ ਕੋ ਤਰੀਕ ਅੱਗੇ ਦੇ ਦੇ ਤੇ ਫਿਰ ਅਸੀਂ ਪੇਸ਼ ਹੋਵਾਂਗੇ ਸਾਨੂੰ ਲਿੱਟਰ ਮਾਰਨਗੇ ਆਰਗੂਮੈਂਟ ਨਹੀਂ ਹੋ ਕਰ ਸਕੇ ਤੇ ਐਵੇਂ ਦਾ ਮਾਮਲਾ ਹੈ ਏਕੇ ਰੋਲਾ ਜੀ ਸੁਣਿਆ ਲੇਟਰਸ਼ੀਤ ਪੈਣ ਲੱਗ ਪੈਣ ਬੱਸ ਐਡਾ ਹੀ ਪੀਛੇ ਸੀ ਡਰ ਗਏਓ ਚਲੋ ਹੁਣ ਦੱਸੋ ਸਾਨੂੰ ਕਿ ਜਿਹੜਾ ਇਲੈਕਸ਼ਨ ਹੋ ਰਿਹਾ ਔਰ ਇਹ ਅਕਤੂਬਰ ਅਕਤੂਬਰ ਸ਼ੁਰੂ ਹੋ ਗਿਆ ਹੈ ਅਕਤੂਬਰ ਵਿੱਚ ਤੇ ਸੁਣਿਆ ਜ਼ਲਜ਼ਲਾ ਵੀ ਆਇਆ ਸੀ ਬਾਬਾ ਜੀ ਇਹ ਜ਼ਲਜ਼ਲਾ ਉਹ ਤੇ ਅਕਤੂਬਰ ਦੇ ਚੱਕਰ ਹੀ ਆਇਆ ਉਹਦੇ ਆਫਟਰ ਸ਼ਾਕ ਆਏ ਲੋਕੀ ਕੁਛ 6 ਮਹੀਨੇ ਸਾਲ ਬਾ ਸੰਭਲ ਗਏ ਲੇਕਿਨ ਜਿਹੜਾ ਹੁਣ ਜ਼ਲਜ਼ਲਾ ਚੱਲ ਰਿਹਾ ਨਾ ਪਿਛਲੇ ਕੋਈ 5 ਸਾਲ ਤੋਂ ਹੀ ਕਹਿ ਲੋ 4 ਸਾਲ ਤੋਂ ਜਦ ਉਹਦੀ ਖਾਨ ਸਾਹਿਬ ਦੀ ਹਕੂਮਤ ਆਈ ਉਸ ਤੋਂ ਬਾਅਦ ਤੂੰ ਅੱਲਾ ਖੈਰ ਕਰੇ ਪੀਡੀਐਮ ਆ ਗਈ ਇਹ ਜ਼ਲਜ਼ਲੇ ਦੇ ਇਹ ਨੁਕਸਾਨات ਤੇ ਇਹ ਜ਼ਲਜ਼ਲੇ ਦੇ ਜਿਹੜੇ ਆਫਟਰ ਸ਼ਾਕ ਜਿਹਨੂੰ ਕਹਿੰਦੇ ਨੇ ਜਿਹੜੀ ਬਾਧੂ ਵੀ ਜ਼ਮੀਨ ਹਿਲਦੀ ਰਹਿੰਦੀ ਹੈ ਇਹ ਪਾਕਿਸਤਾਨੀਆਂ ਨੂੰ ਅਗਲੇ ਕੰਮ ਅਸਾਂ 15 ਸਾਲ ਬਰਦਾਸ਼ਤ ਕਰਨੇ ਪੈਣੇ ਨੇ ਕਿਉਂਕਿ ਹੁਣ ਇਹ ਜਿਹੜੀ جنگ ਹੈ ਨਾ ਇਹ ਕੋ ਪਾਕਿਸਤਾਨੀਆਂ ਅਸੇ جنگ ਕੋਈ ਨਹੀਂ ਇਹ ਪਾਕਿਸਤਾਨ ਦੀ ਮਹਿਸ਼ਤ ਅਸੇ جنگ ਕੋਈ ਨਹੀਂ ਇਹ جنگ ਬਣ ਗਈ ਹੈ ਨਾ ਦੀ ਇਹ جنگ ਬਣ ਗਈ ਹੈ ਜ਼ਿੱਦ ਦੀ ਇਹ جنگ ਬਣ ਗਈ ਹੈ ਇਕਤਦਾਰ ਤੇ ਇਖਤਿਆਰ ਦੀ ਖਾਨ ਸਾਹਿਬ ਸਾਢੇ 3 ਸਾਲ ਕੱਢਣ ਦੇ ਬਾਵਜੂਦ ਉਹਨਾਂ ਦੀ ਹਕੂਮਤ ਕੋਈ ਢੀ ਚੰਗੀ ਨਹੀਂ ਰਹੀ ਕੋ ਉਹਨਾਂ ਨੇ ਕੋਈ ਕਾਰਨਾਮੇ ਨਹੀਂ ਸਾਰਾ ਅੰਜਾਮ ਦਿੱਤੇ ਕਿ ਉਹਨਾਂ ਨੂੰ ਕਿਹਾ ਜਾਏ ਕਿ ਤੁਸੀਂ ਉੱਡ ਕੇ ਵਾਪਸ ਆ ਜਾਓ ਲੇਕਿਨ ਜਿਸ ਤਰੀਕੇ ਨਾਲ ਪੀਡੀਐਮ ਨੇ ਆ ਕੇ ਹਕੂਮਤ ਕੀਤੀ ਉਹਨੇ ਉਹ ਖਾਨ ਸਾਹਿਬ ਦੇ ਦੁੱਖ ਦਰਦ ਭੁਲਾ ਦਿੱਤੇ ਤੇ ਨਵੇਂ ਦੁੱਖ ਦਰਦ ਲਾ ਦਿੱਤੇ ਹੁਣ ਦੋਵੇਂ ਪਾਰਟੀਆਂ ਇਹ ਚਾਹਦੀਆਂ ਨੇ ਕਿ ਅਸੀਂ ਕਿਸੇ ਤਰੀਕੇ اختیار ਵਿੱਚ ਆ ਜਾਈਏ ਇਕਤਦਾਰ ਵਿੱਚ ਆ ਜਾਈਏ ਤੇ ਇਹੋ ਹੀ ਦੌੜ ਹੈ ਇਲੈਕਸ਼ਨ ਲੁਕਸ਼ਨ ਵਾਲੀ ਕਹਾਣੀ ਕੋਈ ਨਹੀਂ ਇਲੈਕਸ਼ਨ ਖਾਨ ਸਾਹਿਬ ਜਿੱਤ ਕੇ ਵੀ ਆ ਜਾਣ ਤੇ ਮੈਨੂੰ ਤੁਸੀਂ ਦੱਸੋ ਇਸ ਮੁਲਕ 'ਚੋਂ ਕੀ ਕਰ ਲੈਣਗੇ ਐਸਾ ਕਿਹੜਾ ਜਾਦੂ ਦਾ ਚਰਾਗ ਇਹ ਕੀ ਕਰ ਦੇਣਗੇ ਇਹ ਸਾਲ ਹੋਰ ਲੈ ਲੈਣਗੇ ਤੇ ਮੈਂ ਨਾ ਇਹਨਾਂ ਵੀ ਕੁਝ ਨਹੀਂ ਜੇ ਕਰਨਾ ਤੇ ਕਰਨਾ ਉਹਨੇ ਆ ਕਰਨਾ ਉਹਨਾਂ ਹੀ ਹੈ ਜਿਹੜੇ ਇਸ ਮੁਲਕ ਦੇ ਵਾਰਿਸ ਨੇ ਉਹੀ ਕਰਨਾ ਪਏ ਨੇ ਉਹਨਾਂ ਨੂੰ ਕੋਈ ਤਰੀਕਾ ਪਤਾ ਹੈ ਉਹਨਾਂ ਦੇ ਕੋਲ ਕੋਈ ਉਹਨਾਂ ਨੇ ਆਪਣੇ ਕੋਲ ਲਿਖ ਪੜ੍ਹ ਕੇ ਰੱਖੀ ਸ਼ੈ ਕੌਣ ਵਾਰਿਸ ਹੈ ਨਾ ਭਈ ਪਾਕਿਸਤਾਨ ਜਿਹਨਾਂ ਬਣਾਇਆ ਉਹੀ ਵਾਰਿਸ ਨੇ ਤੁਸੀਂ ਤੇ ਮੈਂ ਅਸਾਂ ਤੁਸਾਂ ਹੀ ਕਰਨਾ ਹੈ ਨਾ ਬਣਾਇਆ ਹੈ ਵਿਗਾੜਿਆ ਹੈ ਭਾਈ ਇਹ ਤੇ ਵੇਖੋ ਹੁਣ ਤੁਸੀਂ ਤੁਹਾਨੂੰ ਪਤਾ ਆਏਗਾ ਤੁਸੀਂ ਸਾਡੇ ਤੋਂ ਪਹਿਲਾਂ ਇੱਥੇ ਆਏ ਸੋ ਤੇ ਲੱਗਦਾ 1947 ਜੇ ਤੁਸੀਂ ਕਿਤੇ ਇਹਦੇ ਆ ਗਏ ਸੋ ਇਹ ਤੁਹਾਨੂੰ ਪਤਾ ਨਾ ਸਾਡੇ ਤੋਂ ਤੁਸੀਂ ਐਂ ਦਾ ਦਿੱਤਾ ਤਾਂ ਅਸੀਂ ਤਾਂ ਕੋਸ਼ਿਸ਼ ਕਰਨੇ ਪਏ ਕਿ ਸੰਭਾਲ ਲਈਏ ਤੇ ਬਾਬਾ ਜੀ ਜਿਨ੍ਹਾਂ ਦਾ ਮੁਲਕ ਹੈ ਨਾ ਉਹ ਮੁਲਕ ਨੂੰ ਉਹ ਆਪਣੇ ਸਾਹਬ ਨਾਲ ਉਹਨਾਂ ਕੁਝ ਲੈਣਾ ਖੇਡ ਛੱਡੀਆਂ ਨੇ ਉਸ ਲੈਣਾ ਖਿੱਚਣ ਵਿੱਚ ਇਹ ਇਲੈਕਸ਼ਨ ਵਾਲੀ ਕਹਾਣੀ ਵੀ ਹੈ ਇਲੈਕਸ਼ਨ ਆਇਨੀ ਤਰੀਕੇ ਦੇ ਨਾਲ 31 ਅਪ੍ਰੈਲ ਨੂੰ ਹੋ ਜਾਣੇ ਚਾਹੀਦੇ ਸਨ ਲੇਕਿਨ ਜਿਹੜੀ ਦੂਸਰਾ ਮਾਮਲਾ ਹੈ ਉਸ ਮਾਮਲੇ ਚ ਪੀਡੀਐਮ ਵੀ ਠੀਕ ਹੈ ਕਿ ਇੱਕ ਪਾਸੇ ਤੁਸੀਂ ਮਰਦਮਸ਼ੁਮਾਰੀ ਮੁਕੰਮਲ ਹੋ ਜੇ ਤੇ ਤੁਸੀਂ ਉਹ ਇਲੈਕਸ਼ਨ ਕਰਾਓ ਦੂਜੇ ਪਾਸੇ ਜੇ ਨਾ ਮੁਕੰਮਲ ਨੇ ਉਹਦੇ ਰਿਜ਼ਲਟ ਕੋ ਨਹੀਂ ਤੁਸੀਂ ਸੂਬਿਆਂ ਚੋ ਕਰਾ ਦਿਓ ਇਹ ਸਮਝੋ ਇੱਕ ਐਸਾ ਅਮਲ ਹੈ ਜਾਂ ਤੇ ਸਾਰੇ ਇਲੈਕਸ਼ਨ 3 April ਨੂੰ ਹੀ ਹੋ ਜਾਂਦੇ ਪੂਰੇ ਪਾਕਿਸਤਾਨ ਵਿੱਚ ਅੱਛਾ ਜਨਰਲ ਇਲੈਕਸ਼ਨ ਹਾਂ ਜਨਰਲ ਇਲੈਕਸ਼ਨ ਹੋ ਜਾਂਦੇ ਤੇ ਚਲੋ ਹੁਣ ਦੋ ਸੂਬਿਆਂ ਜਿਵੇਂ ਪੀਟੀਆਈ ਕਹਿੰਦੀ ਹੈ ਉਹ ساری ਗੱਲ ਹੈ ਜ਼ਿਆਦਾ ਸਟੇਕ ਤੇ ਜ਼ਿਆਦਾ ਖਾਹਿਸ਼ ਤੇ ਜ਼ਿਆਦਾ ਨੁਕਸਾਨ ਜਾਂ ਫਾਇਦਾ ਹੁੰਦਾ ਹੀ ਹੈ ਤੇ ਉਹਨਾਂ ਦੀ ਅਗਰ ਇਹ ਨ ਕਰਾ ਦੇ ਇਹ ਦੇ ਅਗੂ ਆਉਣ ਵਾਲੀ نسلਾਂ ਵਾਸਤੇ ਇਹ ਐਨਜੀ ਹੋ ਜਾਣਾ ਹੈ ਕਿ ਪੰਜਾਬ ਤੇ ਜਿਹੜੇ ਕੇਪੀ ਹੈ ਫੈਬਰ ਵਖਤੂਨ ਖਾ ਇਹਦੇ ਇਲੈਕਸ਼ਨ ਹਰ ਵਾਰੀ ਕੁਛ 6 ਮਹੀਨੇ ਪਹਿਲਾਂ ਹੋਣ ਕਰਨਗੇ ਤੇ ਜਿਹੜਾ ਇਹ ਤੇ ਜੇ ਜੇ ਕਰੇਗਾ ਉਹ ਆਟੋਮੈਟਿਕਲੀ ਅਗਲੀਆਂ ਜਿਹੜੀਆਂ ਸੀਟਾਂ ਹੋਣ ਕਰਨਗੇ ਜਨਰਲ ਆਪਣਾ ਬਾਬਾ ਜੀ ਉਹ ਅਸਰ ਖੂਕ ਤੇ ਇਸਤੇਮਾਲ ਕਰੇ ਦੁਨੀਆਂ ਚ ਹੁੰਦੇ ਰਹਿੰਦੇ ਨੇ ਇਲੈਕਸ਼ਨ ਸਾਰੇ ਸਾਲ ਹੀ ਹੁੰਦੇ ਰਹਿੰਦੇ ਨੇ ਇੰਡੀਆ ਚ ਵੀ ਅਮਰੀਕਾ ਚ ਵੀ ਹੁੰਦੇ ਹੀ ਰਹਿੰਦੇ ਨੇ ਬਾਬਾ ਜੀ ਉਹ ਦੁਨੀਆਂ ਇਹ ਪਾਕਿਸਤਾਨ ਹੈ ਪਾਕਿਸਤਾਨ ਦੁਨੀਆ ਤੋਂ ਬੜਾ ਵੱਖਰਾ ਜਿਹਾ ਮੁਲਕ ਹੈ ਇੱਥੇ ਕੋਈ ਵੀ ਤੁਸੀਂ ਗੱਲ ਕਹੋ ਉਹ ਸਿੱਧੀ ਨਹੀਂ ਤੁਸੀਂ ਕਿਸੇ ਵੀ ਸ਼ੋਭੇ ਜਾਓ ਤੁਸੀਂ ਤੇ ਸਿਆਸਤਦਾਨਾਂ ਦੀ ਜਾਨ ਨੂੰ ਰੁੰਦੇ ਹੋ ਨਾ ਤੁਸੀਂ ਕਿਸੇ ਸ਼ੋਭੇ ਜਾਓ ਮੈਨੂੰ ਨਹੀਂ ਪਤਾ ਤੁਹਾਨੂੰ ਮੇਰੇ ਤੋਂ ਪਹਿਲਾਂ ਪੁਲਿਸ ਵਾਲੇ ਦਾ ਕੀ ਇੰਟਰਵਿਊ ਲਿਆ ਹੈ ਲੇਕਿਨ ਸੁਣ ਕੇ ساری ਗੱਲ ਉਹ ਵੀ ਕਿਸੇ ਦਾ ਭਰਾ ਪੁੱਤਰ ਬੱਚਾ ਅੱਬਾ ਹੋਵੇਗਾ ਨਾ ਤੇ ਤੁਹਾਨੂੰ ਵੀ ਤਕਲੀਫ ਹੋਈ ਹੋਵੇ ਕਿਉਂਕਿ ਯਾਰ ਇਹ ਬੰਦਾ ਕੋ ਰੁਪਇਆ ਲੱਖ ਸਵਾ ਲੱਖ ਨੌਕਰੀ ਦੀ ਤਨਖਾਹ ਲੈਂਦਾ ਹੀ ਹੋਵੇਗਾ ਵਰਦੀ ਪਾ ਕੇ ਖਲੋਦਾ ਹੀ ਆ ਤੇ ਲੇਕਿਨ ਉਹਦਾ ਖਾਣ ਪੀਣ ਦਾ ਉਹਦਾ ਰਹਿਣ ਦਾ ਕਿੱਡਾ ਮਜਬੂਰ ਹੈ ਕਿ ਤੁਹਾਨੂੰ ਦੱਸ ਕੇ ਗਿਆ ਹੈ ਕਿ ਮੈਂ ਰੋਜ਼ਾ ਦਾਲ ਨਾ ਖੋਲਿਆ ਸੁੱਕੀ ਪਾਪੜੀ ਦੀ ਰੋਟੀ ਨਾ ਖੋਲਿਆ ਅੱਛਾ ਤੁਸੀਂ ਕਹਿ ਨਾ ਖੋਲਿਆ ਤੇਰਾ ਦੱਸ ਨਾ ਬਾਬਾ ਜੀ ਮੈਂ ਵੀ ਗੱਲ ਮੈਂ ਸਗੂ ਰਾਤੀ ਕੱਲ ਇੱਕ ਪ੍ਰੋਗਰਾਮ ਵੀ ਕੀਤਾ ਹੈ ਤੇ ਮੈਂ ਜਿਵੇਂ ਦਾ ਖੋਲਿਆ ਚਲੋ ਰੋਜ਼ਾ ਤੇ ਸਾਡੇ ਤੇ ਫਰਜ਼ ਹੈ ਅਸੀਂ ਉਹਨੂੰ ਇਸਲਾਮੀ ਇਸ਼ਾਰਾ ਨਹੀਂ ਖੋਲਦੇ ਖੋਲਦੇ ਸੁਣੇ ਖੁੱਲ ਜਾਂਦੀ ਹੈ ਮੈਂ ਨਾ ਭਈ ਇਹ ਤੁਸੀਂ ਗੱਲ ਸੁਣੋ ਨਾ ਖੁੱਲ ਜਾਣ ਵਾਲੀ ਕਿਹੜੀ ਗੱਲ ਹੈ ਬਾਬਾ ਜੀ ਕਿ ਤੁਸੀਂ ਮੈਂ ਜਰਾ ਥੋੜਾ ਤੁਹਾਡੇ ਲਫ਼ਜ਼ ਚੋਂ ਕਿ ਡਾਢੇ ਹੁੰਦੇ ਨੇ ਤੇ ਮੈਂ ਮناسب ਲਫ਼ਜ਼ਾਂ ਜੇ ਕਵਾਂਗਾ ਕਿ ਆਵਾਮ ਨੂੰ ਚੀਰ ਫਾੜ ਕੇ ਰੱਖ ਦਿੱਤਾ ਹੈ ਕਿ ਤੁਸੀਂ ਕੱਲ ਮੈਂ ਰੇਟ ਦੱਸਣਾ ਜਰਾ ਰੇਟ ਕੱਲ ਜਿਹੜਾ ਕੇਲੇ ਦਾ ਰੇਟ ਹੈ ਲੱਗ ਕੇ ਮੈਂ اسلامਾਬਾਦ ਦੇ اسلامਾਬਾਦ ਦੇ ਨਵਾਈ ਇਲਾਕੇ ਜਿਹੜਾ ਨਾ اسلامਾਬਾਦ ਦੇ ਪੋਸ਼ ਇਲਾਕੇ ਜੀ ਨਹੀਂ ਰਹਿੰਦਾ ਤੇ ਬਾਬਾ ਜੀ ਉੱਥੇ ਕੇਲੇ ਦੀ ਸੂਰਤ ਹਾਲ ਹੈ ਅਸੀਂ ਕਿ 400 ਦਾ ਕੇਲਾ ਦਰਜਨ ਸੀ ਸਟਰਾਬਰੀ ਜਿਹੜੀ ਸੀ ਉਹ 350 ਦੀ ਦਰਜਨ ਸੀ ਜਿਹੜੀ ਅਗਲਾ ਮੈਂ 220 ਦੀ ਲਈ ਹੈ ਸੇਬ ਜਿਹੜਾ ਚਿੱਟੇ ਰੰਗ ਦਾ ਸੇਬ ਹੈ ਅੱਜ ਇਹਨੂੰ ਸਕੂਲਾਂ ਦੇ ਬਾਹਰ ਨਹੀਂ ਪਿੰਡਾਂ ਦੇ ਬਾਹਰ ਸਕੂਲ ਹੁੰਦੇ ਨੇ ਤੋਂ ਉਹਦੇ ਚ ਫਰੂਟ ਚਾਰਟ ਚ ਪਾ ਗਏ ਤੋਂ ਕੰਨੇ ਸੇਬ ਆਏ ਨੇ ਬਾਬਾ ਜੀ ਉਹ 350 ਰੁਪਏ ਕਿਲੋ ਸੀ ਤੇ ਨਿੱਕਾ ਨਿੱਕਾ ਜਿਹੜਾ ਸੇਬ ਹੈ ਨਿੱਕਾ ਨਿੱਕਾ ਸੇਬ ਮੈਂ ਉਹਦੀ ਗੱਲ ਕਰ ਰਿਹਾ ਤੇ ਮੇਰਾ ਕੈਮਰਾਮੈਨ ਮੈਨੂੰ ਸੋ ਇਸ਼ਾਰਾ ਕਰ ਰਿਹਾ ਕਿ ਭਾਈ ਜੀ 410 ਦਾ ਸੀ ਜਿਹੜੇ ਸੇਬ ਦੀ ਮੈਂ ਅਗਲੀ ਗੱਲ ਕਰ ਲਗਾ ਉਹ 550 ਦਾ ਸੀ ਮਤਲਬ ਜਿਹੜਾ ਤੁਸੀਂ ਖਾਣ ਦੇ ਕਾਬਲ ਕਹਿ ਲੋ ਜਾਂ ਕਿਸੇ ਦੇ ਅੱਗੇ ਰੱਖਣ ਦੇ ਕਾਬਲ ਹੈ ਤੇ ਜਿਹੜਾ ਖਰਬੂਜ਼ਾ ਜਿਹ ਨਾ ਜਿਆਦਾ ਨਾ ਮਿੱਠਾ ਉਹ 150 180 ਰੁਪਏ ਕਿਲੋ ਅੱਛਾ ਕਦੂ ਹਾਂ ਕਦੂ ਉਹ ਕੱਲ ਬਾਬਾ ਜੀ 300 ਰੁਪਏ ਮਤਲਬ ਕਿ ਇੱਕ ਤਬਾਈ ਕੋਈ ਪੁੱਛਣ ਵਾਲਾ ਨਹੀਂ ਇਹਦੇ ਜਿਹੜੇ ਮੈਂ ਦੱਸੋ ਸਿਆਸਤਦਾਨਾਂ ਦਾ ਬਿਊਰੋ ਕਿਸੇ ਦਾ ਕਿਸੇ ਦਾ ਇਹਦੇ ਜੀ ਬਾਬਾ ਜੀ ਕਸੂਰ ਹੈ ਇਹਦੇ ਜੀ ਕਸੂਰ ਕੁਛ ਕਸੂਰ ਬਾਬਾ ਜੀ ਸਾਡਾ ਨਹੀਂ ਤੇ ਰੇਟ ਕੌਣ ਪੁੱਛੇਗਾ ਵੈਸੇ ਜੇ ਮੈਂ ਨਾ ਕੁਛ ਕਸੂਰ ਸਾਡੇ ਆਪਣੇ ਵੀ ਨੇ ਪਹਿਲੀ ਗੱਲ ਬਾਬਾ ਜੀ ਸਾਡੇ ਜਿਹੜੀ ਲੋਕਲ ਇੰਤਜ਼ਾਮੀਆਂ ਉਹ ਮੈਂ ਕੱਲ ਲਿਖਿਆ ਸੀ ਕਿ ਇਨਾਲਿਲਲਾਹ ਵਾਨਾ ਲਿਲਹੀ ਰਾਜਿਉ ਤਕਰੀਬਨ ਫੌਤ ਹੋ ਗਈ ਦੇਖੋ ਉਹਨਾਂ ਦੀ ਕੋਈ ਡਿਊਟੀ ਹੈ ਉਹਨਾਂ ਦੇ ਕੋਈ ਮਾਮਲੇ ਆਤ ਨੇ ਉਹਨਾਂ ਨੂੰ ਬਾਬਾ ਜੀ ਕਿਧਰੇ ਚੈੱਕ ਤੇ ਕਰਨਾ ਨਾ ਤੁਹਾਨੂੰ ਕਿਧਰੇ ਨਜ਼ਰ ਆਇਆ ਵੈਕੈਂਸੀ ਕਿਸੇ ਦੱਸਿਆ ਵੀ ਹੋਵੇ ਕਿ ਲੋਕਲ ਬੰਦਾ ਜਾਂ ਲੋਕਲ ਇੰਤਜ਼ਾਮੀਆਂ ਦਾ ਬੰਦਾ ਆ ਕੇ ਉੱਥੇ ਖਲੋਤਾ ਤਾਂ ਉਹਨੇ ਚੈੱਕ ਕੀਤਾ ਕਿਧਰੇ ਵੀ ਨਹੀਂ ਕੋਈ ਗੁਆਲਟੀ ਚੱਕੀ ਕੋਈ ਰੇਡ ਧੱਕਿਆ ਕੋਈ ਕੋਈ ਗਵਾਰਡ ਕੱਲ ਮੈਂ ਨਾ ਜੀ ਆਵਾਮ ਵੀ ਇਹ ਮੈਂ ਅਗਲੀ ਗੱਲ ਆਵਾਮ ਦੀ ਕਰ ਲਾਂਗਾ ਉਹ ਭਾਈ ਅੱਲਾ ਦੇ ਬੰਦੇ ਹੋ ਜੇ ਤੁਹਾਨੂੰ ਜੋ ਪਤਾ ਹੈ ਸ਼ਾਵਾਂ ਮਹਿੰਗੀਆਂ ਨੇ ਤੇ ਜੇ ਨਾ ਖਾਓਗੇ ਤਾਂ ਕੋਈ ਫਰਕ ਪੈਣਾ ਆ ਰੋਜ਼ਿਆਂ ਤੋਂ ਬਗੈਰ ਵੀ ਤੇ ਬਾਬਾ ਜੀ ਅਸੀਂ ਰੋਜ਼ਾਨਾ ਰੋਟੀ ਖਾਣੇ ਆ ਰੋਜ਼ਾਨਾ ਘਰ ਦੀ ਜ਼ਿੰਦਗੀ ਗੁਜ਼ਾਰਨੇ ਆ ਤੇ ਜੇ ਰੋਜ਼ਾ ਅਸੀਂ ਸਾਦਾ ਰੋਟੀ ਨਾਲ ਖੋਲ ਲਈਏ ਇਹਨਾਂ ਨੂੰ ਥੋੜਾ ਜਿਹਾ ਝਟਕਾ ਦੇਣਾ ਸੀ 15 20 ਦਿਨ ਅਸੀਂ ਸਬਰ ਕਰ ਲਈਏ ਤੇ ਹੋ ਸਕਦਾ ਗੁਜ਼ਾਰਾ ਲੇਕਿਨ ਸੱਪੀਆਂ ਫਰੂਟਸ ਸਿੱਧੇ ਹੋ ਜਾਣੀ ਉਹ ਕੱਲ ਮੈਂ ਜਿਹੜੀ ਜਗ੍ਹਾ ਤੇ ਖਲੋਤਾ ਜਿੱਥੋਂ ਮੈਂ ਫਰੂਟ ਲਿਆ ਮੈਂ ਸਿਰਫ ਉਹਨੂੰ ਇੰਨੀ ਗੱਲ ਪੁੱਛੀਏ ਕਿ ਭਾਈ ਇਹ ਸੇਬ ਤੇਰੇ ਕੋਲੋਂ ਮੈਂ 200 ਪੰਜੀਆਂ ਦੇ ਲੈ ਨੁਕਾ ਪਾਜੀ ਕੀ ਹੋਇਆ ਨਹੀਂ ਕਿਹਾ ਉਹਨੇ ਕਿਹਾ ਪਾਜੀ ਸਾਈਡ ਤੇ ਉਹ ਪਿੱਛੇ ਲੱਗਾ ਰਸ਼ ਲੋਕੀ ਪਿੱਛੇ ਖਲੋਤੇ ਨੇ ਤੇ ਤੁਹਾਡੀ ਵਜ੍ਹਾ ਤੋਂ ਤੰਗ ਹੋ ਰਿਹਾ ਤੇ ਤੁਸੀਂ ਮਜ਼ੇ ਦੀ ਗੱਲ ਵੇਖੋ ਮੈਂ ਵੀ ਹਟ ਗਿਆ ਮੈਂ ਕਿਹਾ ਚਲੋ ਮੈਂ ਰਿੜੀ ਤੋਂ ਲੈ ਲੈਣਾ ਦੁਕਾਨ ਤੋਂ ਨਹੀਂ ਲੈਂਦਾ ਨਾ ਢ ਦੇ ਉਹਨੇ ਠਿਕਾ ਮਾਰਨਾ ਸੀ ਪਾਜੀ ਉਹ ਪਿੱਛੇ ਜਿਹੜੀ ਆਵਾਮ ਖਲੋਂਦੀ ਸੀ ਉਹਦੇ ਕੋਲ ਜਿਹੜਾ ਕੋ ਸੜੇ ਟਮਾਟਰ ਵੀ ਸਨ ਤੇ ਬਾਬਾ ਜੀ ਉਹ ਵੀ ਲੈ ਗਏ ਇਹ ਆਵਾਮ ਦਾ ਵੀ ਕਸੂਰ ਏ ਭੇੜ ਚਾਲ ਵਿੱਚ ਐਸੀ ਕੱਲ ਮੈਂ ਨਾ ਹਰ ਕਿਸਮ ਦਾ ਜਿਹੜਾ ਕੋ 6-6 ਮਹੀਨੇ ਪੁਰਾਣਾ ਪਿਆ ਸਮੋਸਾ ਉਹ ਨਾ ਪਾਪੜ ਪਕੌੜੇ ਖਰਬੂਜ਼ੇ ਕੋਈ ਸ਼ੈ ਉਹ ਸਾਰੀਆਂ ਗੱਲ ਵੇ ਗਈਆਂ ਸੁਭਾਨ ਅੱਲਾ ਬੰਦੇ ਹਾਦਸਾ ਜੋੜ ਕੇ ਅੱਜ ਕੋ ਨਵੀਂ ਤੇ ਇਹ ਸਾਡਾ ਵੀ ਕਸੂਰ ਹੈ ਮੈਂ ਬਲਕੇ ਇੱਕ ਜਗ੍ਹਾ ਤੇ ਖਲੋ ਕੇ ਜਿੱਦੋਂ ਖਜੂਰਾ ਤੇ ਵੈਸੇ ਮੈਂ ਪਹਿਲੇ ਲੈ ਗਿਆ ਸਾਂ ਤੇ ਦੁਕਾਨ ਤੇ ਜੋ ਖਲੋਤਾ ਸੀ ਤੇ ਮੈਂ ਉਹਦੀ ਖਜੂਰਾ ਦੀ ਕੁਆਲਿਟੀ ਵੇਖ ਰਿਹਾ ਸਾਂ ਮੈਂ ਕਿ ਯਾਰ ਇਹਦੇ ਤੇ ਕੀੜਾ ਪਿਆ ਉਹਨੇ ਕਿ ਭਾਈ ਜੀ ਇਹ ਕੀੜਾ ਕੁਛ ਨਹੀਂ ਆਂਦਾ ਇਹ ਬੰਦੇ ਨੂੰ ਤਕਲੀਫ ਨਹੀਂ ਦਿੰਦਾ ਇਹ ਕੀੜਾ ਹੋਵੇ ਇਹ ਕੀੜਾ ਜਦੋਂ ਕੱਢੋ ਤੁਸੀਂ ਤੇ ਖਜੂਰ ਅਸੀਂ ਦੱਸਣਿਆ ਪਾਏ ਜੀ ਖਜੂਰ ਖੋਲ ਕੇ ਖਾਓ ਅੱਜ ਕੱਲ ਚੁਕੇ ਮੌਸਮ ਬਰਸਾਤ ਦਾ ਵੀ ਬਣੇ ਹੈ ਠੰਡ ਵੀ ਹੈ ਤੇ ਗਰਮੀ ਵੀ ਹੈ ਮਤਲਬ ਇਸ ਕਿਸਮ ਦੇ ਆਰਗੂਮੈਂਟ ਨੇ ਇਸ ਕਿਸਮ ਦੀ ਗੱਲਬਾਤ ਹੁੰਦੀ ਹੈ ਸੱਚੀ ਉੱਥੇ ਮਜਬੂਰ ਹੋ ਜਾਂਦੇ ਹੋ ਤੁਸੀਂ ਬੋਲ ਨਹੀਂ ਸਕਦੇ ਤੁਸੀਂ ਰੇਟ ਬਾਬਾ ਜੀ ਪੁੱਛ ਕੇ ਦੇਖੋ ਤੁਸੀਂ ਉਹਨਾਂ ਆਖੋ ਕਿ ਭਾਈ ਤੂੰ ਇਹ 200 ਵਾਲੀ ਸ਼ਾਇਦ 400 ਚ ਕਿਉਂ ਲਾਈ ਉਹ ਜਿਹੜਾ ਤੁਹਾਨੂੰ ਜਵਾਬ ਦੇਗਾ ਨਾ ਤੇ ਤੁਹਾਡੀ ਸ਼ੈ ਵੀ ਲੈਣੀ ਭੁੱਲ ਜਾਗੀ ਤੇ ਤੁਹਾਨੂੰ ਜਿਹੜੀਆਂ ਮਰਚਾ ਲਗਣੀਆਂ ਨਾ ਤੇ ਘਾਰ ਤੁਰਦਾਂ ਸਾਂ ਜਾ ਖਲੋਣਾ ਕੋ ਨਹੀਂ ਇਸ ਗੱਲ ਨੂੰ ਬਾਬਾ ਜੀ ਸਭ ਤੋਂ ਵੱਡਾ ਕੱਥਾ ਅੱਜ ਫਿਰ ਹੋਰ ਗੱਲ ਦੱਸੋ ਨਾ ਇਹ ਤੇ ਚਲੋ ਅਸੀਂ ਕਾਰੀ ਲਾਵਾਂਗੇ ਇਹ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਆਖਿਆ ਵੀ ਸਾਡੇ ਕੋਲ ਪੈਸੇ ਵੀ ਕੋ ਨਹੀਂ ਸਿਕਿਉਰਿਟੀ ਵੀ ਕੋ ਨਹੀਂ ਤੇ ਖੁਨੀ ਇਲੈਕਸ਼ਨ ਹੋ ਜਾਏਗਾ ਤਰੜ ਵੀ ਬੋਲਿਆ ਤੇ ਉਹਦੇ ਚ ਮਰੀਆਂ ਵੀ ਬੋਲੀ ਹੈ ਤੇ ਖਾਜੇ ਵੀ ਬੋਲੇ ਨੇ ਸਾਰੇ ਬੋਲੀ ਜਾ ਰਹੇ ਨੇ ਇਹ ਡਿਫਾਲਟ ਵੋਲਟ ਨਹੀਂ ਹੋ ਗਿਆ ਵਾਕਈ ਬਾਬਾ ਜੀ ਬਾਬਾ ਜੀ ਮੁਲਕ ਦੇ ਵਸੀਹਤਰ ਮਫਾਦ ਵਿੱਚ ਮੁਲਕ ਦੇ ਵਸੀਹਤਰ ਮਫਾਦ ਵਿੱਚ ਇਹ ਸਾਰੇ ਸਮਝ ਰਹੇ ਨੇ ਵਸੀਹਤਰ ਮਫਾਦ ਤੇ ਜਰਾ ਸਾਈਡਾਂ ਤੇ ਬਰੈਕਟਾਂ ਲਾ ਲੈਣਾ ਤੇ ਵਸੀਹਤਰ ਮਫਾਦ ਸਾਰੇ ਹੋ ਗਏ ਨੇ ਇੱਕ ਤੇ ਗੱਲ ਇਲੈਕਸ਼ਨ ਕਮਿਸ਼ਨ ਦੀ ਅਗਰ ਟੈਕਨੀਕਲੀ ਵੇਖੀ ਜੇ ਨੂੰ ਸਹੀ ਹੈ ਵੀ ਪੈਸੇ ਦੇਣੇ ਨੇ ਖਜ਼ਾਨੇ ਵਾਲਿਆਂ ਨੇ ਉਹ ਪੈਸੇ ਨਹੀਂ ਦੇ ਰਹੇ ਸਿਕਿਉਰਿਟੀ ਦੇਣੀ ਹੈ ਜਾਂ ਫੌਜੀਆ ਨੇ ਤੇ ਜਾਂ ਵਜ਼ਾਤੇ ਦਾਖਲਾਂ ਨੇ ਉਹ ਕਹਿੰਦੇ ਨੇ ਅਸੀਂ ਮਸਰੂਫ ਆਂ ਮੁਲਕ ਦੇ ਹਾਲਾਤ ਕੋ ਨਹੀਂ ਤੇ ਬਾਕੀ ਜਿਹੜੇ ਤੁਹਾਡੇ ਰਿਟਰਨਿੰਗ ਅਫਸਰ ਨੇ ਜਿਨ੍ਹਾਂ ਨੇ ਤੁਹਾਡੇ ਵੋਟ ਕਾਊਂਟ ਕਰਨੇ ਨੇ ਉਹ ਕਰਨਾ ਉਹ ਜੱਜ ਕਹਿੰਦੇ ਨੇ ਸਾਡੇ ਕੋਲ ਕੋਈ ਨਹੀਂ ਉਹ ਵੀ ਮਸਰੂਫ ਨੇ ਕੇਸ ਤੇ ਕੇਸ ਸੁਣੇ ਜਾਂਦੇ ਨੇ ਤੇ ਫਿਰ ਕੀ ਕਰੀਏ ਬਾਈ ਕਰੋ ਕੀ ਸਬਰ ਕਰੋ ਸ਼ੁਕਰ ਕਰੋ ਰੋਜ਼ੇ ਰੱਖੋ ਤੇ ਆ ਜਿਹੜੀ ਤੁਹਾਨੂੰ ਮੈਂ ਗੱਲਾਂ ਦਸੀਆਂ ਨੇ ਤੇ ਅਮਲ ਕਰੋ ਕਿ ਕਿਸੇ ਨੂੰ ਪੁੱਛੋ ਕੁਛ ਨਾ ਇਹਨੂੰ ਦੇ ਦਈਏ ਜੱਜਾਂ ਨੂੰ ਦੇ ਦਈਏ ਇਹਨਾਂ ਨੂੰ ਦੇ ਦਈਏ ਹਕੂਮਤ ਕੋ ਟੈਕਨੋਕਰੇਟ ਬਾਬਾ ਜੀ ਗੱਲ ਸੁਣੋ ਨਾ ਤੁਸੀਂ ਦੇ ਸਕਦੇ ਹੋ ਤੇ ਨਾ ਦੇ ਸਕਣਾ ਮੈਂ ਜਿੰਨਾ ਲੈਣੀ ਏ ਉਹਨਾਂ ਲੈ ਲੈਣੀ ਉਹਨਾਂ ਲੰਮਿਆ ਪਾ ਕੇ ਲੈ ਲੈਣੀ ਏ ਉਹਨੇ ਖਲਾਰ ਕੇ ਲੈ ਲੈਣੀ ਏ ਉਹਨਾਂ ਟੋਰ ਕੇ ਲੈ ਲੈਣੀ ਏ ਉਹਨਾਂ ਹਕੂਮਤ ਲੈ ਕੇ ਰੱਖਣੀ ਤੇ ਹਕੂਮਤ ਆਈ ਉਹਨਾਂ ਦੀ ਤੁਸੀਂ ਅਸੀਂ ਤੇ ਐਵੇਂ ਆ ਜਿਹੜਾ ਨਹੀਂ ਹੁੰਦਾ ਇੱਕ ਆ ਦੁਨੀਆ ਤੇ ਆਏ ਆ ਟੁਰ ਫਿਰ ਕੇ ਆਪਣੀ ਰੋਟੀ ਪਾਣੀ ਖਾ ਗਏ ਤੇ ਇੱਕ ਆੰਦੇ ਨੇ ਜਿਹਨੂੰ ਸਾਦੇ ਜਿ ਮਸਾਲੇ ਬਾਲਾਂ ਦਾ ਜ਼ਾਫਾ ਕਰਕੇ ਅਸੀਂ ਆਗਾ ਤੇ ਪਿੱਛੂ ਬਾਲ ਜਾਣਦੇ ਆ ਮੁਲਕ ਜਾਣੇ ਉਹਨਾਂ ਦਾ ਮਸਤਕਬਲ ਜਾਣੇ ਗੱਲ ਹੈ ਬਾਬਾ ਜੀ ਇਸ ਮੁਲਕ ਨੂੰ ਇੱਕ ਤਗੜੀ ਰਿਫਾਰਮ ਇੱਕ ਤਗੜੀ ਜਿਹੜੀਆਂ ਨੇ ਨਾ ਹਿਲਚਲ ਦੀ ਜ਼ਰੂਰਤ ਹੈ ਇਨਕਲਾਬ ਹਾਂ ਹਿਲਚੋਲ ਆਸਤੇ ਕੁਰਬਾਨੀ ਦੇਣੀ ਪੈਣੀ ਹੈ ਤੇ ਕੁਰਬਾਨੀ ਆਮ ਬੰਦਾ ਤੇ ਦਿੰਦਾ ਹੀ ਪਿਆ ਉਹਨੂੰ ਤੇ ਦਿੰਦਿਆਂ ਮਸਲਾ ਕੋ ਨਹੀਂ ਉਹ ਤੇ ਵਿਚਾਰਾ ਦੇ ਦੇਗਾ ਉਹ ਕਦੀ ਆਹ ਮਹਿੰਗਾਈ ਦੇ ਚੱਕਰ ਇਹ ਦੇ ਦਿੰਦਾ ਕਦੀ دہشت گردੀ ਦੇ ਚੱਕਰ ਇਹ ਦੇ ਦਿੰਦਾ ਤੇ ਕਦੀ ਆਪਣੇ ਬਾਲ ਬੱਚੇ ਨੂੰ ਭੁੱਖਾ ਵੇਖ ਕੇ ਛਾਲ ਮਾਰ ਕੇ ਦੇ ਦਿੰਦਾ ਉਹ ਤੇ ਦੇ ਰਿਹਾ ਅਸਲ ਕੁਰਬਾਨੀ ਆ ਜਿਹੜੀ ਹੈ ਸ਼ਰਾਫੀਆ ਹੈ ਜਿਸ ਦਿਨ ਇਧਰ ਕੁਰਬਾਨੀ ਸ਼ੁਰੂ ਹੋਵੇਗੀ ਮੈਂ ਇਨਕਲਾਬ ਹੋਣ ਖੂਨੀ ਇਨਕਲਾਬ ਉਹਨੂੰ ਲਫ਼ਜ਼ ਨਹੀਂ ਬੋਲਣਾ ਚਾਹੁੰਦਾ ਕਿ ਤੇ ਗੱਲ ਹੋ ਟੋਰ ਪਵੇਗੀ ਇਸ ਮੁਲਕ ਦੇ ਚੋਣ ਇਨਕਲਾਬ ਚਾਹੀਦਾ ਹਰ ਸ਼ੋਭੇ ਹਰ ਸ਼ੋਭੇ ਚ ਉਹ ਤੁਹਾਨੂੰ ਹਿਲਚਲ ਚਾਹੀਦੀ ਏ ਕਾਨੂੰਨ ਤਬਦੀਲ ਹੋਣ ਵਾਲੇ ਨੇ ਅੰਗਰੇਜ਼ ਦੇ ਕਾਨੂੰਨ ਚੱਲ ਰਹੇ ਨੇ ਦੁਨੀਆ ਚੰਨ ਤੇ ਪਹੁੰਚ ਗਈ ਏ ਅਸੀਂ ਚੰਦ ਅਰਬ ਡਾਲਰ ਵਾਸਤੇ ਅਸੀਂ ਲੋਕਾਂ ਕੋਲ ਉਤਰਲੇ ਮੰਤਾਂ ਬੇ ਕਰਨੇ ਆ ਤੇ ਲੋਕਾਂ ਦੇ ਰਿਜ਼ਰਵ ਜਿਹੜੇ ਨੇ ਉਹ ਅਸੀਂ ਵੇਖੋ ਨਾ ਹੁਣ ਇੰਡੀਆ ਨਾ ਮੱਥਾ ਲਾਣੇ ਆ ਇਹ ਕਿੱਡੀ ਤਲਹ ਗੱਲ ਏ ਸਸੀਂ 3-4 ਅਰਬ ਡਾਲਰ ਵਾਸਤੇ ਲੋਕਾਂ ਨੂੰ ਹੱਥ ਪੈਰ ਮਾਰਨੇ ਆ ਕਿ ਸਾਨੂੰ ਕੋਈ ਲਾਭ ਜੇ ਤੇ ਬਾਬਾ ਜੀ ਉਹ 4-400 ਰਬ ਡਾਲਰ ਦੀ ਕਾਣਮੀ ਹੈ ਤੇ ਅਸੀਂ ਕਿੱਥੇ ਖਲੋਤੇ ਆਂ ਇਹਦੇ ਵਾਸਤੇ ਇੱਕ ਇਨਕਲਾਬ ਦੀ ਲੋੜ ਹੈ ਜਿੰਦੇ ਵਿੱਚ ਨਾ ਜਿਹਨੂੰ ਆਂਦੇ ਨਾ ਜਿਹਨੂੰ ਨਹੀਂ ਲੱਭਦੀ ਤੇ ਜਿੰਦੇ ਕੋਲ ਹੈਵੇ ਉਹਨੇ ਉਹਨੂੰ ਲੰਮਿਆਂ ਪਾਣਾ ਤੇ ਲੰਮਿਆਂ ਬਾਕੇ ਉਹਨੇ ਆਪਣਾ ਹਿੱਸਾ ਖੋਲਣਾ ਤੇ ਉਹਦੀ ਤਬੀਅ ਸੈੱਟ ਕਰਕੇ ਉਹਨੀ ਤੇ ਬਾਬਾ ਜੀ ਫੇਰ ਹੋਣਾ ਇਨਕਲਾਬ ਫੇਰ ਕੋ ਲੀਡਰ ਨਿਕਲਣਾ ਹੈ ਇਹ ਮੌਜੂਦਾ ਸੂਰਤੇ ਹਾਲੇ ਚ ਨਾ ਕੋਈ ਲੀਡਰ ਜੇ ਨਾ ਕੋ ਕਹਾਣੀ ਜੇ ਸਭ ਨੇ ਚੂਰਨ ਬਣਾਇਆ ਜੇ ਇਕਤਦਾਰ ਤੇ ਇਖਤਿਆਰ ਦੀ ਜੰਗ ਹੈ ਅਨਾਦ ਹੀ ਜੰਗ ਹੈ ਤੇ ਅਨਾਦ ਹੀ ਜੰਗ ਇਚ ਇਹ ਜਿਹੜੀ ਕਹਾਣੀ ਹੋ ਰਹੀ ਏ ਇਹ ਤੁਹਾਡੇ ਸਾਹ ਅਜਾ ਆਖਰੀ ਗੱਲ ਹੈ ਜਿਹੜੇ ਜੱਗੀ ਤੁਸੀਂ ਆਨਾ ਤੇ ਚੂਰਨ ਦੀ ਗੱਲ ਕੀਤੀ ਹੈ ਚੂਰਨ ਵੇਚਦਾ ਇੱਕ ਬੰਦਾ ਹੋਰ ਅਮਨਵੀਰ ਨੂੰ ਵੇਚਿਆ ਤੇ ਸ਼ਾਇਦ ਮੇਥਲੀ ਨੂੰ ਵੇਚਿਆ ਆ ਦਿਨ ਉਹੀ ਖਾ ਗਿਆ ਲੁੱਟ ਗਿਆ ਤੇ ਅੱਜ ਉਹ ਨੇਕ ਬਣੀ ਜਾ ਰਿਹਾ ਆਦਾ ਮੇਰਾ ਤੇ ਕੋਈ ਕਸੂਰ ਹੀ ਨਹੀਂ ਬਾਬਾ ਜੀ ਦੇਖੋ ਵੇਖੋ ਕਸੂਰ ਤੇ ਸਾਰਿਆਂ ਦਾ ਹੈ ਜੇ ਬਾਜਵੇ ਦਾ ਕਸੂਰ ਹੈ ਜੇ ਬਾਜਵੇ ਦਾ ਕਸੂਰ ਹੈ ਨਾ ਤੇ ਬਾਜਵੇ ਦੇ ਨਾਲ ਟੁਰਨ ਲਾंदे ਵੀ ਕਸੂਰ ਹੈ ਵੇਖੋ ਗੱਡੀ ਚੱਲ ਰਹੀ ਹੈ ਨਾ ਸਵਾਰੀਆਂ ਜਾਣੀਆਂ ਤੁਹਾਨੂੰ ਜਪਦਾ ਗੁਜਰਾਤ ਜਾਣੀ ਹੈ ਤੇ ਇਹ ਉਹ ਤੁਹਾਨੂੰ ਵਾਦਾ ਮਾਰ ਰਿਹਾ ਗੁਜਰਾਤ ਦੀਆਂ ਬੋਰਡ ਉਸ ਲਾਇਆ ਖਾਰੀਆਂ ਦਾ ਤੇ ਤੁਹਾਨੂੰ ਬਹਿਣ ਤੋਂ ਪਹਿਲਾਂ ਸੋਚਣਾ ਚਾਹੀਦਾ ਨੇ ਕਿ ਸਕੰਜਰ ਨੇ ਗੁਜਰਾਤ ਜਾਣਾ ਹੈ ਕਿ ਨਹੀਂ ਜਾਣਾ ਗੱਲ ਹੈ ਵੇ ਤੇ ਜੇ ਬਾਜਵਾ ਗਲਤ ਸੀ ਜੇ ਮਾਮਲਾ ਤੁੰਦੇ ਗਲਤ ਸਿੰਦ ਤੁਹਾਨੂੰ ਟਾਈਮੋ ਟਾਈਮ ਛੱਡ ਦੇਣਾ ਚਾਹੀਦਾ ਸੀ ਨਾ ਤੁਹਾਨੂੰ ਜੂ ਪਤਾ ਲੱਗ ਗਿਆ ਪਹਿਲੇ 4 ਮਹੀਨਿਆਂ ਚ ਕਿ ਭਾਈ ਮੇਰੇ ਦੀ ਗੱਲਬਾਤ ਕੋਈ ਨਹੀਂ ਕਹਾਣੀ ਚ ਲਾਂਦੇ ਨੇ ਉਹ ਹੁਣ ਜਦੋਂ ਲਬਦਾ ਹੋਵੇ ਹਲਵਾ ਜਦੋਂ ਲਬਦਾ ਹੋਵੇ ਰੋਟੀ ਪਾਣੀ ਹੈ ਮਾਲ ਮੁਦਾ ਸਭ ਕੁਝ ਤੇ ਬਾਬਾ ਜੀ ਉਦੋਂ ਲੱਗੋ ਤੁਸੀਂ ਮੈਨੂੰ ਚੰਗੇ ਤੇ ਜਿਸ ਦਿਨ ਤੁਸੀਂ ਮੈਨੂੰ ਆਖੋ ਕਿ ਭਾਈ ਅੱਜ ਰੋਟੀ ਮੈਂ ਦੇਣੀ ਹੈ ਕੈਮਰਾਮੈਨ ਨੂੰ ਬਾਬਾ ਜੀ ਤੁਸੀਂ ਭੁੱਖੇ ਹੀ ਜਾਣਾ ਤੇ ਰੋਜ਼ਾ ਆਪਣਾ ਖੋਲਣਾ ਤੇ ਮੈਨੂੰ ਲੱਗੋਗੇ ਤੁਸੀਂ ਭੇੜੇ ਇੱਥੇ ਕਹਾਣੀ ਸਿਰਫ ਬਾਜਵੇ ਵਾਲੀ ਇੰਨੀ ਹੈ ਬਾਜਵੇ ਵਾਲੀ ਗੱਲਾਂ ਵੀ ਠੀਕ ਨੇ ਤੇ ਜਿਹੜੇ ਲੋਕ ਨਾਰ ਰਲੇ ਨੇ ਇਹ ਕਿ ਭਾਈ ਇਹ ਜਿਹੜਾ ਮਾਮਲਾ ਹੈ ਇਹ ਜਿਹੜੀ ਕਹਾਣੀ ਹੈ ਇਹ ਗਲਤ ਹੈ ਅਸੀਂ ਛੱਡ ਕੇ ਆਮਗੁੱਲ ਜਾਈਏ ਤੇ ਆਮ ਨੂੰ ਕੀ ਕਹ ਦਈਏ ਉਦੋਂ ਬਾਬਾ ਜੀ ਲੈਂਦੇ ਰਹਿਣ ਸਾਰੇ ਸਵਾਦ ਤੇ ਹੁਣ ਉਹ ਸਵਾਦ ਬਾਜਵਾ ਵਾਰੀ ਵਾਰੀ ਖੋਲੀ ਜਾ ਰਿਹਾ ਚਾਹੇ ਉਹਦੇ ਚ ਇਮਰਾਨ ਖਾਨ ਹੋਵੇ ਚਾਹੇ ਉਹਦੇ ਚ ਨਵਾਜ਼ ਸ਼ਰੀਫ ਹੋਵੇ ਚਾਹੇ ਉਹਦੇ ਚ ਜੱਜ ਹੋਣ ਤੇ ਚਾਹੇ ਉਹਦੇ ਚ ਹੁਣ ਬਿਊਰੋਕਰੇਟ ਨਾਲ ਜਰਨਲਿਸਟ ਵੀ ਜਰਨਲਿਸਟ ਜੀ ਤਬਾਈ ਹੋਈ ਪਈ ਹੈ ਤੇ ਇਸ ਗੱਲ ਬਾਬਾ ਜੀ ਹਰ ਸ਼ੋਬੇ ਚ ਜਿਨ੍ਹਾਂ ਦੇ ਅੰਨੀ ਭਈਏ ਤੇ ਜਦੋਂ ਅੰਨੀ ਪਈ ਹੋਵੇ ਤੇ ਅੰਨਿਆਂ ਦਾ ਕੋ ਵਾਲੀ ਵਾਰਸ ਨਹੀਂ ਹੁੰਦਾ ਅੰਨਿਆਂ ਦਾ ਵਾਲੀ ਵਾਰਸ ਉਹਦੀ ਕਿ ਹੁੰਦਾ ਜਦੋਂ ਵਿੱਚ ਇੱਕ ਦੋ ਵੇਖਣ ਵਾਲੇ ਵੀ ਹੋਣ ਉਹ ਇੱਥੇ ਜਿਹੜੇ ਵੇਖਣ ਵਾਲੇ ਨੇ ਉਹਨਾਂ ਜਾਣ ਬੁੱਝ ਕੇ ਅੱਖਾਂ ਬੰਦ ਕਰ ਲਈਆਂ ਨੇ ਕਿ ਇਸ ਅੰਨਾ ਗਿਰੀ ਚ ਸਾਡੇ ਤੇ ਕੁਛ ਦਿਨ ਜਦਾ ਨਾ ਅਸੀਂ ਤੇ ਆਪਣਾ ਮਾਲ ਲਵੀਏ ਆਪਣਾ ਬਾਲ ਬੱਚੇ ਨੂੰ ਸਿੱਧਾ ਕਰੀਏ ਬਾਕੀ ਅੰਨੇ ਆਪਸੇ ਟਕਰਾਂ ਮਾਰ ਮੁਰ ਕੇ ਸਿੱਦੇ ਹੋ ਹੀ ਜਾਣਗੇ ਹਾਂਜੀ ਥੜਾ ਸਿਆਸਤ ਵੇਖਿਆ ਤੁਸੀਂ ਅੱਜ ਅਸੀਂ ਟ੍ਰੇਲ 5 ਤੇ ਆ ਗਿਆ ਤੇ ਇੱਥੇ ਵੇਖਿਆ ਅਸੀਂ ਲੋਕ ਕੀ ਕਰਦੇ ਨੇ ਪੇ ਉਹ ਅਵਰ ਜਾਂਦੇ ਨੇ ਪੇ ਲੋਕ ਕੈਮਰੇ ਵੀ ਲੱਗੇ ਨੇ ਤੇ ਵੇਖਨੇ ਆ ਕੀ ਹੁੰਦਾ ਹੈ ਅਗਲੀ ਵਾਰੀ ਤੁਹਾਨੂੰ ਦੱਸਾਂਗੇ ਜਰਾ ਉੱਪਰ ਜਾ ਕੇ ਕਿ ਉੱਥੇ ਕੀ ਹੁੰਦਾ ਹੈ ਚੰਗਾ ਅੱਲਾ ਬੇਲੀ